ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦਾ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਜਿਵੇਂ ਕਿ ਤੁਸੀਂ ਥੰਬਨੇਲ ਵੇਖ ਹੀ ਲਿਆ ਕੇ ਆਪਾਂ ਗਏ ਸੀ ਗੁਰਨਾਮ ਪੁੱਲਰ ਬਾਈ ਨੂੰ ਮਿਲਣ ਤੇ ਥੋੜਾ ਜਿਹਾ ਰੌਲਾ ਜਿਹਾ ਪੈ ਗਿਆ ਵੀ ਹਨਾ ਤੇ ਪਹਿਲਾਂ ਤੁਸੀਂ ਵਲੌਗ ਵੇਖ ਲਓ ਵੀ ਕਿਵੇਂ ਕੋਈ ਤੁਹਾਨੂੰ ਵਲੌਗ ਕਿਵੇਂ ਲੱਗਿਆ ਜਾਂ ਕੋਈ ਗਲਤੀ ਲੱਗੀ ਤਾਂ ਦੱਸਿਓ ਕਮੈਂਟ ਬਾਕਸ 'ਚ ਤੇ ਬਾਕੀ ਆਪਾਂ ਦੱਸਦੇ ਹਾਂ ਕੀ ਰੌਲਾ ਪਿਆ ਵਾ ਆਪਾਂ ਵਲੌਗ ਦੇ ਐਂਡ 'ਚ ਦੱਸਦੇ ਪਹਿਲਾਂ ਤੁਸੀਂ ਵਲੌਗ ਪੂਰਾ ਵੇਖ ਲਓ ਜੀ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦਾ ਤੇ ਆਪਾਂ ਲੈ ਕੇ ਆ ਗਏ ਆਪਣਾ ਨਵਾਂ ਵਲੌਗ ਤੇ ਅੱਜ ਦਾ ਵਲੌਗ ਹੈ ਜੀ ਆਪਾਂ ਚੱਲੇ ਆ ਗੁਰਨਾਮ ਪੁੱਲਰ ਬਾਈ ਦੇ ਘਰੇ ਤੇ ਨਾਲ ਹੈ ਆਪਣੀ ਭੂਆ ਦਾ ਮੁੰਡਾ ਤੇ ਆਪਣਾ ਬੇਲੀ ਸੋਨੂੰ ਤੇ ਮਾਸੀ ਦਾ ਮੁੰਡਾ ਘਰੇ ਵਿਚਾਰਾ ਇਕੱਲਾ ਹੈ ਕੇ ਸਰ ਇਹ ਵਿਚਾਰਾ ਇਕੱਲਾ ਘਰੇ ਆ ਤੇ ਬਸ ਆਪ ਉੱਥੇ ਜਾ ਕੇ ਵੇਖਣੇ ਕੀ ਬੰਦਾ ਘਰੇ ਹੈਗਾ ਵੀ ਕੋਈ ਕਿ ਨਹੀਂ ਤੇ ਬਾਕੀ ਪੂਰਾ ਜ਼ਰੂਰ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਪਹਿਲਾਂ ਹੀ ਕਰ ਲਓ ਜੀ ਭਾਈ ਜੀ ਆਪਾਂ ਪਹੁੰਚ ਗਏ ਕਮਾਲ ਵਾਲਾ ਪਿੰਡ ਆ ਵੇਖੋ ਤੇ ਹੁਣ ਆਪਾਂ ਨੂੰ ਘਰ ਦਾ ਨਹੀਂ ਪਤਾ ਕਿਸੇ ਤੋਂ ਆਪਾਂ ਪੁੱਛਦੇ ਆਂ ਤੇ ਫਿਰ ਜਾਣਦੇ ਆ ਗੁਰਨਾਮ ਪੁੱਲਰ ਦੇ ਘਰੇ ਭਾਈ ਜੀ ਆਹ ਹੈਗਾ ਜੀ ਗੁਰਨਾਮ ਪੁੱਲਰ ਬਾਈ ਦਾ ਘਰ ਉਹਨਾਂ 사ਂਝਾ ਕਰ ਹੀ ਚਾਚੇ ਤਾਏ ਦਾ ਵਾਹੇ ਹੁਣ ਤਾਂ ਉਹਨਾਂ ਦੀ ਕੋਠੀ ਆਈ ਹੈ ਜਲਾਲਾਂ ਉਹ ਫਾਇਲਕਾ ਤੇ ਬਾਕੀ ਆਪਾਂ ਪੁੱਛਦੇ ਉਹਨਾਂ ਦੇ ਘਰਦਿਆਂ ਤੋਂ ਬਾਈ ਜੀ ਆ ਵੀ ਉਹਨਾਂ ਦਾ ਹੀ ਘਰ ਇੱਥੇ ਰਹਿੰਦੇ ਨੇ ਮਤਲਬ ਗੁਲਾਮ ਪੁੱਲਰ ਬਾਈ ਤੇ ਆ ਵੀ ਉਹਨੇ ਚਾਚੇ ਤਾਏ ਚੋਂ ਟਿਕਾੜ ਦੇ ਇਧਰਲੇ ਪਾਸੇ ਉਹਨਾਂ ਨੂੰ ਫੋਨ ਕੀਤਾ ਹੋ ਆਂਦੇ ਬਾਹਰ ਆਪਾਂ ਉਹਨਾਂ ਤੋਂ ਉੱਥੋਂ ਐਡਰੈਸ ਲੈਣੇ ਆ ਫਾਇਲਕਾ ਦਾ ਤਾਂ ਫਿਰ ਜਾਣੇ ਆਪਾਂ ਉੱਥੇ ਤਾਂ ਜੀ ਹੁਣ ਆਪਾਂ ਆ ਗਏ ਆ ਜੀ ਗੁਰਨਾਮ ਬਾਈ ਦੇ ਘਰੇ ਤੇ ਆ ਉਹਨਾਂ ਦਾ ਘਰ ਆ ਜੀ ਹੁਣ ਤਾਂ ਵਾਹੇ ਰਹਿੰਦੇ ਫਾਇਲਕਾ ਤੇ ਉਹ ਬਾਈ ਹੁਣਿਆਂ ਨੂੰ ਫੋਨ ਕੀਤਾ ਹੋ ਆਗੇ ਸੀ ਤਿਆ ਉਹਨਾਂ ਦੇ ਚਾਚਾ ਜੀ ਦੇ ਬੇਟੇ ਨੇ ਸਕੇ ਚਾਚਾ ਜੀ ਦੇ ਤੇ ਚਾਹ ਪਾਣੀ ਨੂੰ ਪੁੱਛਿਆ ਪਰ ਇਹਨਾਂ ਦੇ ਘਰੇ ਦੇ ਨਾਲ ਦੇ ਰਿਸ਼ਤੇਦਾਰਾਂ ਦੇ ਉਹਦੇ ਚਾਹ ਪਾਣੀ ਹੈਗਾ ਕੋਣੀ ਕੋਣੀ ਬਸ ਹੁਣ ਉਹਨਾਂ ਨੂੰ ਉੱਥੇ ਲੱਭਾਂਗੇ ਫਾਇਲਕਾ ਬਾਕੀ ਆ ਘਰ ਪਹਿਲਾਂ ਇੱਥੇ ਰਹਿੰਦੇ ਰਏ ਜਦੋਂ ਕਿਤੇ ਸ਼ੋਅ ਹੁੰਦਾ ਨਾ ਨੇੜੇ-ਤੇੜੇ ਉਦੋਂ ਇੱਥੇ ਆਉਂਦੇ ਰਏ ਬਾਈ ਜੀ ਹੁਣ ਆਪਾਂ ਪਹੁੰਚਣ ਆਲੇ ਆ ਫਾਇਲਕਾ ਤੇ ਉਹ ਵੇਖੋ ਟਾਵਰ ਦੂਰੋਂ ਕਿੰਨਾ ਵੱਡਾ ਲੀਂਦਾ ਆਪਣੇ ਇੰਡੀਆ ਦਾ ਸਭ ਤੋਂ ਟੌਪ ਤੇ ਆਇ ਟਾਵਰ ਤੇ ਹੁਣ ਜਾ ਕੇ ਵੇਣੇ ਆਪਾਂ ਕੀ ਮੰਦਾ ਜੀ ਆਪਾਂ ਫਾਇਲ ਕਾ ਪਹੁੰਚ ਗਏ ਆ ਬਾਈ ਦੇ ਘਰੇ ਤੇ ਆ ਘਰ ਆ ਆਪਾਂ ਵੀਡੀਓ ਚ ਵੇਖਿਆ ਸੀ ਮਸਾਂ ਲੱਭਿਆ ਗਲੀਆਂ ਗੁਲੀਆਂ ਚ ਪੁੱਛ ਪੁੱਛ ਕੇ ਔਖਾ ਹੀ ਲੱਭਿਆ ਤੇ ਸ਼ਾਇਦ ਹੀ ਆ ਦੇ ਘਰੇ ਉਹਨਾਂ ਦੇ ਮੰਮੀ ਡੈਡੀ ਵੀ ਤੇ ਆਪਾਂ ਬੈਲ ਮਾਰ ਕੇ ਵੇਣੇ ਆ ਤੇ ਕੀ ਬੰਦਾ ਫਿਰ ਬਹੁਤ ਮਿਹਨਤ ਲੱਗੀ ਮਤਲਬ ਬਹੁਤ ਗਰਮੀ ਵੀ ਅੱਜ ਤਾਂ ਸਗੋ ਤੇ ਵੇਣੇ ਕੀ ਬੰਦਾ ਤਾਂ ਬਾਈ ਜੀ ਆਪਾਂ ਬੈਲ ਤਾਂ ਮਾਰੀ ਆ ਪਰ ਨਹੀਂ ਆਏ ਕਿਉਂਕਿ ਉਹ ਆਖਿਉਂ ਦੇ ਸੀ ਮੁੰਡਾ ਟਾਣੀ ਤੋਂ ਉਹ ਟਾਣੀ ਤੋਂ ਆਖਿਣ ਇੱਥੋਂ ਪੁੱਛਿਆ ਕਿਸੇ ਦਵਾ ਦੇ ਉਹਨਾਂ ਦੇ ਮੰਮੀ ਡੈਡੀ ਵੀ ਚੰਡੀਗੜ੍ਹ ਗਏ ਆ ਤਿਆਪ ਤਾਂ ਗੁਰਨਾਮ ਬਾਈ ਉੱਥੇ ਆ ਬੰਬੇ ਤੇ ਫਿਰ ਆਪਾਂ ਹੁਣ ਜਾਂਦੇ ਆ ਹੈ ਨਹੀਂ ਕੋਈ ਘਰੇ ਤਾਂ ਤੇ ਬਾਕੀ ਗਰਮੀ ਬਹੁਤ ਸੀ ਮਿਹਨਤ ਬਸ ਆ ਹੀ ਲੱਗੀ ਆ ਤੇ ਬਾਕੀ ਹੁਣ ਜਾਂਦੇ ਆ ਆਪਾਂ ਵਾਪਸ ਫਿਰ ਉੱਤੋਂ ਤਾਂ ਵਿਖਾ ਨਹੀਂ ਸਕਦੇ ਆ ਮੈਂ ਹਨਾ ਕੀ ਵਿਖਾਣਾ ਬਾਕੀ ਹੁਣ ਘਰੇ ਜਾ ਕੇ ਆ ਪੈਂਡ ਕਰਦੇ ਆ ਵਲੌਗ ਦਾ ਜੀ ਤੁਹਾਨੂੰ ਘਰ ਨਹੀਂ ਪਤਾ ਹੈਗਾ ਗਰਨਾਪ ਪੁੱਲਰ ਦਾ ਪਹਿਲੇ ਦੱਸ ਦਿੰਦਾ ਯਾਰ 2 ਮਿੰਟ ਪਹਿਲੇ ਕਿਹ ਕਿ ਗਈ ਸੀ ਉਹ ਕੌਣ ਇਹ ਬੰਦਾ ਕਿਹੜਾ ਕਾਲੀ ਟੀਚਰ ਦਾ ਆਮਡਾ ਸੀ ਉਹ ਅਸੀ ਸੀ ਅਸੀ ਇੰਦੀ ਭਰਾਵਾ ਕਾਲੀ ਹਾਂ ਆਇਆ ਮੈਂ ਜੀ ਵੀ ਹਾਂ ਨਹੀਂ ਹਾਂ ਨਹੀਂ ਅਸੀ ਬਾਈਕ ਨਹੀਂ ਗਈ ਕਾਲਾ ਬੈਲ ਚੱਲੀ ਜਾਂਦਾ ਜੀ ਤੁਮ ਕਾਲਾ ਕਾਲਾ ਬਾਈਕ ਆਈ ਸੋਲਟ ਬਾਈ ਰੱਖੀ ਸੀ ਤੇ ਤੁਹਾਨੂੰ ਨਹੀਂ ਪਤਾ ਇਹ ਗੁਰਨਾਮਪੁਰ ਦਾ ਘਰ ਹੈ ਹੈ ਤੁਹਾਨੂੰ ਪਤਾ ਨਹੀਂ ਉਹ ਇੱਥੇ ਰ ਇੱਥੇ ਰਹਿੰਦਾ ਗੁਰਨਾਮਪੁਰ ਵੀਡੀਓ ਕਿ ਬਣਾਉਂਦੇ ਆ ਵੀਡੀਓ YouTube ਤੇ ਚੜਨੀ ਹੈ ਤੁਹਾਡੀ ਚੜਾਈ ਹੋ ਜਾ ਲੱਖ ਲੱਖ ਵੀਊ ਤੁਹਾਨੂੰ ਵਾਇਰਲ ਹੋ ਜਾਣਾ ਇਹ ਤੇ ਉਹ ਵੀਡੀਓ ਵੇਜ ਲੈ ਆਇਓ ਤੁਹਾਡੋ ਵੀਡੀਓ ਵਿੱਚ ਵਾਇਰਲ ਕਰ ਦਈਏ ਔਰ ਯਾਰ ਨਾ ਪੁੱਲ ਉੱਥੇ ਆਏ ਜੀ ਮਿਲਣਾ ਤੇ ਫੋਟੋ ਖਿੱਚ ਕੇ ਆਏ ਆ ਅਸੀਂ ਇੰਸਟਾਗ੍ਰਾਮ ਤੇ ਨਾ ਪਾਈ ਯਾਰ ਇਹ ਇੰਸਟਾਗ੍ਰਾਮ ਤੇ ਨਹੀਂ ਪਾਦੇ ਤਬਾਈ ਜੀ ਹੁਣ ਆਪਾਂ ਆ ਗਏ ਫਾਇਲ ਕਾ ਤੋਂ ਹੁਣ ਆਪਾਂ ਸ਼ਕੰਜਵੀ ਪੀਣ ਲੱਗੇ ਆ ਬਾਈ ਤੋਂ ਇੱਥੋਂ ਤੇ ਆ ਫਾਇਲ ਕਾ ਇੱਥੋਂ ਮੇਰੇ ਸਾਹਮਣੇ 5-6 ਕਿਲੋਮੀਟਰ ਇੱਥੋਂ ਟਾਵਰ ਦੀ ਨਾ ਇਧਰੋਂ ਸਾਈਡ ਜੀ ਤੋਂ ਹੋ ਕੇ ਬਾਕੀ ਹੁਣ ਘਰੇ ਜਾ ਕੇ ਆਪਾਂ ਦੱਸਦੇ ਆ ਸ਼ਕੰਜਵੀ ਪੀ ਗਏ ਤਾਜੀ ਜਿਵੇਂ ਕਿ ਤੁਸੀਂ ਵਲੌਗ ਵੇਖ ਹੀ ਲਿਆ ਭਈ ਪਤਾ ਲੱਗਦਾ ਪਿਆ ਵਲੌਗ ਚ ਪਹਿਲਾਂ ਆਪਾਂ ਉਹਨੇ ਪਿੰਡ ਵਾਲੇ ਘਰ ਚ ਗਏ ਤੇ ਉਸ ਤੋਂ ਬਾਅਦ ਆਪਾਂ ਉਹਨੇ ਸ਼ਹਿਰ ਵਾਲੇ ਘਰ ਤੇ ਸ਼ਹਿਰ ਵਾਲਾ ਘਰ ਥੋੜਾ ਔਖਾ ਲੱਭਿਆ ਪਰ ਕੋਈ ਨਹੀਂ ਲੱਭਦਾ ਲਿਆ ਉੱਥੇ ਕੋਈ ਹੈ ਨਹੀਂ ਸੀ ਆਪਾਂ ਉਹਨਾਂ ਦੇ ਮੰਮੀ ਡੈਡੀ ਨਾਲ ਵੀ ਨੂੰ ਮਿਲ ਸਕੇ ਤੇ ਗੁਰਨਾਮ ਭਲਰ ਬਾਈ ਤੋਂ ਆਂਦੇ ਹੀ ਬੰਬੇ ਆ ਤੇ ਬਸ ਆਪਾਂ ਦੇ ਚਾਚੇ ਦੇ ਮੁੰਡੇ ਨਾਲ ਥੋੜੀ ਗੱਲਬਾਤ ਕੀਤੀ ਸੀ ਤੇ ਆਪਾਂ ਮਤਲਬ ਗਏ ਸੀ ਦੁਪਹਿਰ ਦਾ ਟਾਈਮ ਸੀ 12 ਵਜੇ ਦਾ ਤੇ ਸਾਰੇ ਅਸੀਂ ਤਿੰਨ ਜਾਣੇ ਗਏ ਸੀ ਤਿੰਨਾਂ ਕੋਲ ਸਾਫੇ ਸੀ ਹਨਾ ਅਸੀਂ ਮੂੰਹ ਮਾ ਬਲੇਟੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਤਾਂ ਪਰ ਜਦੋਂ ਉਹ ਸੀ ਉਹਨੇ ਪਿੰਡ ਚ ਗਏ ਉਦੋਂ ਮਤਲਬ ਫੇਰ ਅਸੀਂ ਸਾਹਿਬ ਬਣ ਲੈ ਕਿਉਂਕਿ ਲੋ ਬਹੁਤ ਸੀ ਗਰਮੀ ਤੁਹਾਨੂੰ ਪਤਾ ਹੈ ਦੋ ਤਿੰਨ ਦਿਨ ਹੋ ਗਏ ਬਹੁਤ ਪਈ ਆਉਂਦੀ ਆ ਤੇ ਅਸੀਂ ਉਹਨਾਂ ਨੂੰ ਜਦੋਂ ਉਹਨਾਂ ਪਿੰਡ ਪੁੱਛਿਆ ਤਾਂ ਅਸੀਂ ਦੱਸਿਆ ਵੀ ਰੋਈਆਲ ਦੇ ਕੋਲੋਂ ਆਏ ਆ ਹਨਾ ਤੇ ਤਾਂ ਕਰਕੇ ਉਹਨਾਂ ਨੂੰ ਸ਼ੱਕ ਹੋਇਆ ਵੀ ਇਹ ਵਾਕਈ ਮੁੰਡੇ ਰੋਈਆਲੇ ਦੇ ਆ ਕਿ ਹੋਰ ਕਿਸੇ ਪਾਸਿਓਂ ਨਾਉਣ ਜਿਵੇਂ ਵੀ ਮੂਸੇ ਵਾਲੇ ਬਾਈ ਦਾ ਕਤਲ ਹੋਇਆ ਨਾ ਤਾਂ ਕਰਕੇ ਵੀ ਇਹ ਕਿਤੇ ਜਾਂਚ ਪੜਤਾਲ ਤਾਂ ਨਹੀਂ ਕਰਦੇ ਫਿਰਦੇ ਮੁੰਡੇ ਵੀ ਸਾਠ ਉੱਥੋਂ ਦਾ ਐਡਰੈਸ ਵੀ ਪੁੱਛ ਲਿਆ ਫਾਇਲ ਕਾ ਦਾ ਵੀ ਤੇ ਇੱਥੇ ਵੀ ਵੀਡੀਓ ਬਣਾ ਕੇ ਚਲੇ ਗਏ ਇੱਥੋਂ ਦੀ ਵੀਡੀਓ ਅਸੀਂ ਪੁੱਛ ਕੇ ਬਣ ਤੇ ਸਾਨੂੰ ਮੁੰਡਿਆਂ ਦਾ ਫੋਨ ਆ ਗਿਆ ਰੋਹੀ ਵਾਲਿਆਂ ਦਾ ਕਿਉਂਕਿ ਉਹਨੇ ਤਾਂ ਰੋਹੀ ਵਾਲੇ ਫੋਨ ਲਾਤਾ ਤੇ ਉਹ ਕਹਿਣ ਲੱਪੇ ਬਾਈ ਤੁਹਾਨੂੰ ਕਿਸੇ ਨੇ ਰਾਜਪੁਤ ਪੁਲਸ ਵਾਲੇ ਨੇ ਰੋਕਿਆ ਸੀ ਵੀ ਤੁਸੀਂ ਕਿੱਥੇ ਚੱਲੇ ਗੁਰਨਾਪੂਰ ਦੀ ਟਾਕੀ ਕਰਦੇ ਫਿਰਦੇ ਜੇ ਅਸੀਂ ਕਹਾਂ ਨਹੀਂ ਬਾਈ ਸਾਨੂੰ ਕੋਈ ਪੁਲਸ ਵਾਲਾ ਨਹੀਂ ਟੱਕਰਿਆ ਹਨਾ ਤੇ ਅਸੀਂ ਤਾਂ ਵੈਸੇ ਵਲੌਗ ਬਣਾਉਣ ਗਏ ਸੀ ਉਹਨਾਂ ਸਾਰਾ ਕੁਝ ਦੱਸਤਾ ਵੀ ਤੁਸੀਂ ਇੱਥੇ ਗਏ ਸੀ ਤੁਸੀਂ ਇੰਨੇ ਜਾਣੇ ਸੀ ਆਹ ਮੋਟਰਸਾਂ ਜੀ ਤੁਹਾਡੇ ਕੋਲ ਅਗਲੀ ਨੰਬਰ ਪਲੇਟ ਹੈ ਨਹੀਂ ਪਿਛਲੀ ਆ ਗਈ ਸੀ ਹਨਾ ਤੇ ਮੈਂ ਵੀ ਆਕੇ ਹਾਂ ਵੀ ਉਹਨਾਂ ਨੂੰ ਕਿਸੇ ਨੇ ਤਾਂ ਦੱਸਿਆ ਹੀ ਆ ਵੀ ਉਹ ਤਾਂ ਹੀ ਉਹਨਾਂ ਨੂੰ ਪਤਾ ਲੱਗਿਆ ਐਵੇਂ ਤਾਂ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਚੱਲੇ ਹ ਤੇ ਮਤਲਬ ਮੈਨੂੰ ਸਮਝ ਆ ਗਈ ਉਹਨੂੰ ਹੀ ਅਸੀਂ ਸਾਰਾ ਕੁਝ ਦੱਸਿਆ ਸੀ ਹਾਂ ਤੇ ਚਾਚੇ ਦੇ ਮੁੰਡੇ ਨੇ ਉੱਤੇ ਉਹਨਾਂ ਹੀ ਫੋਨ ਲਾ ਕੇ ਕਿਹਾ ਹੋਣਾ ਤੇ ਬਾਅਦ ਚ ਉਹਨਾਂ ਫੋਟੋਆਂ ਹੀ ਭੇਜੀਆਂ ਉਹ ਵੀ ਮੈਂ ਦੱਸੂਗਾ ਲਾ ਦੇ ਨਾ ਐਂਡ ਤੇ ਤੇ ਬਾਕੀ ਮੈਨੂੰ ਬੇਲੀ ਆਖੀ ਆਵੇ ਰੋਈ ਵਾਲੇ ਦਾ ਬਾਕੀ ਸੰਭਾਲ ਕੇ ਵਲੌਗ ਬਣਾਇਆ ਕਰੋ ਅੱਗੇ ਤੋਂ ਵੀ ਅਗਲੇ ਨੂੰ ਗਲਤ ਸਮਝਿਆਂ ਦਾ ਅਗਲਾ ਹੈ ਤੇ ਨਾਲੇ ਉਹ ਮੈਨੂੰ ਆਖਿਓ ਥੋੜੀ ਗੱਲ ਕਰਨਾਂ ਭੁਲਰ ਤਾਂ ਪਹੁੰਚ ਗਈ ਆ ਮੇਰਾ ਬੇਲੀ ਆ ਰੋਈ ਵਾਲਾ ਆਖ ਕੇ ਗਰਨਾਪੁਰ ਮੈਂ ਫਿਰ ਤਾਂ ਵਧੀਆ ਲੋਚ ਚੜਾਈ ਹੋ ਗਈ ਹੈ ਵਲੌਗ ਦਾ ਮੁੱਲ ਪੈ ਜੂ ਹੈ ਤੇ ਬੱਸ ਆਹੀ ਰੌਲਾ ਪੈ ਗਿਆ ਸੀ ਮਤਲਬ ਇਹ ਤਾਂ ਤੁਹਾਨੂੰ ਸ਼ਾਰਟ ਤੇ ਬੱਸ ਕਿਵੇਂ ਲੱਗਿਆ ਵਲੌਗ ਦੱਸ ਦਿਓ ਤੇ ਧੰਨਵਾਦ ਜੀ ਵਲੌਗ ਵੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ ਤੇ ਬਾਕੀ ਬਾਈ ਸਾਨੂੰ ਰੋਈਆਲ ਦੇ ਬੇਲੀਆਂ ਨੇ ਇਹ ਵੀ ਦੱਸਿਆ ਵੀ ਉਹਦੇ ਤੁਹਾਡੇ ਪਿੱਛੇ ਸਾਰਾ ਦਿਨ ਪੁਲਸ ਵੀ ਲੱਗ ਸਕਦੀ ਮਤਲਬ ਤੁਹਾਡਾ ਪਿੱਛਾ ਕਰ ਸਕਦੀ ਕਿਉਂਕਿ ਜਿਵੇਂ ਮੂਸੇਆਲ ਦਾ ਤੁਹਾਨੂੰ ਪਤਾ ਹੀ ਚੱਕਰ ਤਾਂ ਬਣਿਆ ਤੇ ਇੱਧਰ ਸਾਡੇ ਜ਼ਿਲ੍ਹੇ ਵਾਲੇ ਵੀ ਥੋੜਾ ਜਿਹਾ ਸਖਤਾਈ ਜੀ ਕੀਤੀ ਹੋਈ ਆ ਤੇ ਇਹਨਾਂ ਦਾ ਸ਼ੁਕਰ ਮਨਾਓ ਵੀ ਉਹਨਾਂ ਫੋਨ ਲਾੜਿਆ ਤਾਂ ਤੁਸੀਂ ਬੱਜ ਗਏ ਨਹੀਂ ਆ ਤੁਹਾਨੂੰ ਲਜਾ ਸਕਦੇ ਸੀ ਠਾਣੇ ਠੁਨੇ ਤੇ ਮੈਂ ਸੋਚਿਆ ਚੱਲ ਕੋਈ ਗੱਲ ਨਹੀਂ ਜੇ ਜਾਂ ਤਾਂ ਆਪਾਂ ਹੋਈਏ ਵੀ ਗਲਤ ਤਾਂ ਹਨਾ ਤੇ ਆਪਾਂ ਤਾਂ ਸਹੀ ਸੀ ਆਪਾਂ ਤਾਂ ਸਿੰਪਲ ਵੀਡੀਓ ਵਲੌਗ ਬਣਾਉਣਾ ਸੀ ਹਨਾ ਤੇ ਜੇ ਰੋਕ ਵੀ ਲੈਣ ਤਾਂ ਆਪਾਂ ਦੱਸ ਦੇਣਾ ਵੀ ਆਪਣੇ ਕੋਲ ਸਾਰੇ ਸਬੂਤ ਹੈਗੇ ਸਾਰੇ ਸਬੂਤ ਹੈਗੇ ਵੀਡੀਓ ਵਾਲੇ ਹਨਾ ਤੇ ਬਸ ਇੰਨਾ ਸੀ ਤੇ ਧੰਨਵਾਦ ਜੀ